ਏ ਉਹ ਹੋ ਗਿਆ ਜਹਾਜ਼ استاد ਜੀ ਅਸਲਾਮੁਅਲੈਕਮ ਲਓ ਜੀ ਮਿੱਤਰੋ ਤੇ ਬੇਲੀਓ ਵੀਰ ਤੁਹਾਡਾ ਬਹਿ ਗਿਆ ਜਹਾਜ਼ ਤੇ ਦਿਖਾ ਰਿਹਾ ਜਹਾਜ਼ ਦੇ ਨਜ਼ਾਰੇ ਤੇ ਜਹਾਜ਼ ਵਾਲੇ ਨੂੰ ਜਨਾਬ ਪਾ ਦਿੱਤਾ ਗੱਡੀ ਰੋਡ ਦੇ ਉੱਤੇ ਠਾ ਠਾ ਕਰਕੇ ਐ ਜਾ ਰਿਹਾ ਜੀ ਜਨਾਬ ਇਦਾਂ ਦਾ ਕੋਈ ਸੀਨ ਹੁੰਦਾ ਵਾ ਆ ਨਾਲ ਘਬਾਰਾ ਜਿਆ ਪਤਾ ਨਹੀਂ ਕਿਹੜਾ ਲਟਕਿਆ ਇਸ ਬਾਰੇ ਕਿਸੇ ਭਾਈ ਨੂੰ ਇਨਫਾਰਮੇਸ਼ਨ ਹੋਵੇ ਤੇ ਜ਼ਰੂਰ ਦੱਸੇ ਆ ਥੱਲੇ ਲੜੇ ਪਾਸੇ ਕਹਿੰਦੇ ਐ ਇੰਜਣ ਹੁੰਦਾ ਮਿੰਟ ਇਕੱਲਾ ਪੱਖਾ ਹੀ ਲੱਗਾ ਤੇ ਭਰਾ ਤੁਹਾਡਾ ਜੀ ਨਿਕਲ ਗਿਆ ਫਲਾਈ ਦੁਬਈ ਹੈ ਜੀ ਫ্লাই ਦੁਬਈ ਤੇ ਇਹ ਜਹਾਜ਼ ਉਹਨੇ ਪਾ ਦਿੱਤਾ ਰਨਵੇ ਤੇ ਮੈਂ ਕਿਹਾ ਭਾਈ ਟੋਰ ਲਾ ਯਾਰ ਤੇਰੀ ਮਿਹਰਬਾਨੀ ਆ ਓਕੇ ਸੋਕੇ ਓਕੇ ਮੋੜ-ਮੋੜ ਰਿਹਾ ਮੈਂ ਤੁਹਾਨੂੰ ਦੱਸ ਰਿਹਾ ਇਸ ਟਾਈਮ ਕਿ ਇੱਥੇ ਕਰਕੇ ਸਾਡੀ ਕੰਪਨੀ ਜਿਹੜੀ ਹੁੰਦੀ ਸੀ ਉਹਦਾ ਜਨਾਬ ਦਫ਼ਤਰ ਆ ਤੇ ਭਰਾਵਾਂ ਨੂੰ ਜ਼ਰਾ ਉੱਤੋਂ ਵੀ ਨਜ਼ਾਰਾ ਕਰੋਨੇ ਆ ਫਜ਼ਾ ਦੇ ਵਿੱਚ ਠੀਕ ਹੈ ਇਹ ਇੱਥੇ ਕਰਕੇ ਜਨਾਬ ਅਸੀਂ ਇਸ ਕੰਪਨੀ ਦੇ ਨਾਲ 10 ਸਾਲ ਜਿਹੜਾ ਕੰਮ ਕੀਤਾ ਵਾ ਤੇ ਭਰਾਵਾਂ ਨੂੰ ਦਿਖਾਣੇ ਆ ਰਨਵੇ ਔਰ ਇਹਦਾ ਫਲਾਈ ਕਰਨ ਦਾ ਵੀ ਸਾਰਾ ਤਰੀਕਾ ਕਰ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਉਹ 니ਦਰ ਭਾਈ ਜਹਾਜ਼ ਜੂ ਹਤਾ ਕਰ ਲਵੇ ਤੇ ਉਸ ਹਿਸਾਬ ਨਾਲ ਫਿਰ ਆਪਾਂ ਵੀ ਅੱਗੇ ਨਿਜ਼ਾਮ ਚਾਲੂ ਕਰਦੇ ਹਾਂ ਲਓ ਜੀ ਭਾਈ ਨੇ ਗੱਡੀ ਲਈ ਆ ਮੋੜ ਹੁਣ ਸਿੱਧੀ ਕਰਤੀ ਮੈਨੂੰ ਲੱਗਦਾ ਕਿ ਹੁਣ ਜਿਹੜਾ ਨਾ ਕੰਮ ਨੂੰ ਖਿੱਚੇਗਾ ਤੇ ਇਹ ਦੇਖੋ ਜੀ ਮਾਸ਼ਾਅੱਲਾ ਸੁਭਾਨ ਅੱਲਾਹ ਉੱਪਰ ਨਜ਼ਾਰੇ ਦੇਖੋ ਅਸਮਾਨ ਦੇ ਕੀ ਖੂਬਸੂਰਤ ਮੰਜ਼ਰਾ ਸ਼ਾਮ ਦੇ ਵਜੇ ਆ ਜੀ 4 ए जहाज़ का अंदरों माहौल जी ए देख लो जी ए नज़ाम आ सारा अंदर फ्लाई दुबई दलाइटा कुछ इदा दी होंगे ए जनाब देख सकते हो तीस अंदरों जहाज़ मैं बाहर देखिए भाई रोड तो कितने कितने पहुंचे ए जनाब सिस्टम आ सारा देख सकते हो इतने कंपनी ने एक पिछले काफ़ी टाइम तो एक जहाज़ तबाह भी पिया वा ਇਸ 에어ਪੋਰਟ ਤੇ ਵੀ ਕੰਪਨੀ ਕੰਮ ਕਰਦੀ ਰਹੀ ਹੈ ਜੀ ਚੱਕ ਦਿੱਤਾ ਭਾਈ ਨੇ ਘਾਰ ਦਿੱਤਾ ਤੇਜ਼ ਕਰ ਗਿਆ ਫੋਲੀ ਗੁੱਸਾ ਗੱਲਾਂ ਗੁੱਲਾਂ ਕਰਦੇ ਆ ਨਾ ਮੈਨੂੰ ਲੱਗਦਾ ਕਿ ਹੁਣ ਉਡਾ ਦੇਗਾ ਤੇ ਤੁਸੀਂ ਵੀ ਜਨਾਬ ਮਿਠਾਇਆ ਲਾਈਕ ਕਰਕੇ ਚੈਨਲ ਨੂੰ ਇੰਜ ਤਾਂ ਉਡਾ ਦਿਓ ਇਹ ਕੰਮ ਨੂੰ ਖਿੱਚ ਦਿੱਤਾ ਉਸਤਾਦ ਖਿੱਚਦੇ 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 ਮੈਂ ਤੇਰੇ ਨਾਲ ਆ ਖਿੱਚਦੇ ਇੱਥੇ ਐਸਤਾ ਜੀ ਐ ਉੱਡ ਗਿਆ ਜਜਾ ਇਦਾਂ ਦਾ ਕੋਈ ਨਜ਼ਾਰਾ ਹੁੰਦਾ ਮਿੱਤਰੋ ਬਾਕੀ ਨਜ਼ਾਰਾ ਬੜਾ ਗਲਤ ਹੁੰਦਾ ਹੈ ਨਾ ਜਿਹੜੇ ਭਰਾ ਜਹਾਜ਼ 'ਚ ਬੈਠੇ ਆ ਉਹਨਾਂ ਨੂੰ ਪਤਾ ਹੀ ਆ ਇੱਥੋਂ ਜਨਾਬ ਫਿਰਨਾ ਆ ਥੱਲੇ ਰਾਮਕੋਆ ਨਜ਼ਰਾਨੀ ਜਨਾਬ ਉਹ ਜਿਹੜੀ ਚੌਰਸ ਜਿਆ ਤੁਹਾਨੂੰ ਡੱਬਾ ਦਿਖਿਆ ਆ ਰੰਬਲਾਂ ਤੇ ਆ ਸਾਉਦੀਆ ਅਰਬ ਬਸ ਉੱਥੇ ਪਾਕਿਸਤਾਨ ਅਸੀਂ ਹੁਣ ਸਾਉਦੀਆ ਸਾਉਦੀਆ ਕਰਦੇ ਆ ਤੁਹਾਡੇ ਸਾਹਮਣੇ ਆ ਜੀ ਸਾਉਦੀਆ ਦੇਖ ਸਕਦੇ ਹੋ ਤੁਸੀਂ ਐ ਜਨਾਬ ਸਾਰਾ ਨਿਜ਼ਾਮ ਆ ਇਹ ਡਾਕ ਛੋਟਾ ਜਿਹਾ ਸ਼ਹਿਰ ਹੈ ਨਜਰਾਨ ਬਾਕੀ ਦੂਰ ਦੂਰਾ ਆਬਾਦੀ ਕਾਫੀ ਜ਼ਿਆਦਾ ਪਹਾੜੀ ਇਲਾਕਾ ਤੇ ਨਾਲ ਰੇਤ ਬਸ ਇੱਥੇ ਕਰਕੇ ਜਨਾਬ ਕੰਪਨੀ ਦਾ ਦਫ਼ਤਰ ਆ ਆ ਜਿਹੜਾ ਕਾਰਨਰ ਦੇ ਉੱਤੇ ਨਹੀਂ ਜਿਹੜਾ ਤੁਹਾਨੂੰ ਨਜ਼ਰ ਆਇਆ ਇਹਦੇ ਤੇ ਸਾਡੀ ਵਰਕਸ਼ਾਪ ਵੀ ਆ ਹਸਨ ਭਾਈ ਨੇ ਮਿਸ ਕਾਲ ਵੀ ਕੀਤੀ ਸੀ ਇੱਥੇ ਮੈਂ ਵੀਡੀਓ ਸ਼ੂਟ ਕਰ ਰਿਹਾ ਸੀ ਤੇ ਹਸਨ ਭਾਈ ਦੀ ਮਿਸ ਕਾਲ ਵੀ ਆਈ ਸੀ ਉੱਪਰ ਸਿਗਨਲ ਮੌਜੂਦ ਸੀ ਹਲੇ ਐ ਜੀ ਨਜ਼ਾਰੇ ਆ ਹਾਂ ਜੀ ਇਹ ਵੀ ਕੰਪਨੀ ਦਾ ਹੀ ਮਤਲਬ ਹੈ ਖਜ਼ਾਨਾ ਬਣਿਆ ਹੋਇਆ ਭਰਾਵਾਂ ਨੂੰ ਉੱਪਰੋਂ ਉੱਪਰੋਂ ਵਿਜ਼ਿਟ ਕਰਾ ਰਹੇ ਹਾਂ ਸਾਰਾ ਫਜ਼ਾ ਦੇ ਵਿੱਚੋਂ ਤੇ ਤੁਸੀਂ ਵੀ ਫਜ਼ਾ ਚ ਹੀ ਕਰ ਦੇਣਾ ਚੈਨਲ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਐਂਡ ਸਬਸਕ੍ਰਾਈਬ ਕਰਕੇ ਦੇਖ ਸਕਦੇ ਹੋ ਜੀ ਇਹ ਜਹਾਜ਼ ਫੁੱਲ ਭਾਈ ਨੇ ਖਿੱਚ ਦਿੱਤਾ ਕੰਮ ਹੁਣ ਅਸੀਂ ਇੰਤਜ਼ਾਰ ਕਰ ਰਹੇ ਹਾਂ ਕੋਈ ਲੰਗਰ ਪੰਡੂਰਾ ਵੀ ਆਏਗਾ ਕੋਈ ਨਹੀਂ ਬਸ ਹੁਣ ਦੇਖੋ ਅੱਲਾਹ ਬਿਹਤਰ ਕਰੇ ਬਾਕੀ ਤੁਹਾਨੂੰ ਪਤਾ ਹੀ ਹੈ ਭਰਾਵਾਂ ਨੂੰ ਫਲਾਈ ਦੁਬਈ ਵਾਲੇ ਕਰਦੇ ਇਦਾਂ ਹੀ ਹੁਣ ਮੂੰਹ ਕਰਦੇ ਤਾਂ ਸਿੱਧਾ ਭਾਈ ਨੇ ਦੁਬਈ ਵਾਲ ਨੂੰ ਇਹ ਆ 2 ਮਿੰਟ ਜਹਾਜ਼ ਚੱਲਿਆ ਤੁਹਾਡੇ ਸਾਹਮਣੇ ਤੇ ਇਹ ਜਨਾਬ ਮੁੱਕ ਗਈ ਹੈ ਹਰ ਚੀਜ਼ ਅੱਗੇ ਰੰਬੜੀਆ ਤੇ ਜਹਾਜ਼ ਆ ਅਸੀਂ ਆ ਤੇ ਸਮਾਨ ਆ ਬਸ ਅੱਲਾਹ ਖੈਰ ਕਰੇ ਮੈਂ ਪਰੇਸ਼ਾਨ ਹਾਂ ਸੀ ਵਿੱਚ ਬੈਠਾ ਬਈ ਬਾਸ ਜਿੱਤੇ ਬੰਦਾ ਬੈਠਾ ਹੋਵੇ ਤੇ ਕੋਈ ਮਸਲਾ ਮਸਾਇਲ ਅੱਲਾ ਨਾ ਕਰੇ ਬਣ ਜਵੇ ਤੇ ਸਾਈਡ ਤੇ ਲਾ ਦੇ ਨੀ ਐਦਾ ਕੀ ਨਿਜਾਮ ਆ ਫੇ ਉਹਨਾਂ ਨੇ ਦੱਸਿਆ ਵੀ ਮੂੰਹ ਤੇ ਮਾਸਕ ਮੂਸਕ ਪਾਉਣ ਵਾਲਾ ਬੈਲਟ ਬੁਲਟ ਪਾਉਣ ਵਾਲਾ ਦੱਸੀ ਸਾਰੀ ਗੱਲ ਬਾਤ ਤੇ ਐ ਭਰਾਵੋ ਖੇਚ ਦਿੱਤਾ ਜਹਾਜ ਤੇ ਅੱਲਾ ਖੈਰ ਕਰੇ ਜੀ ਜਾ ਰਹੇ ਆ ਐ ਸਾਰਾ ਨਿਜਾਮ ਦੇਖ ਲੋ ਕੋਈ ਸ਼ਾਇਦ ਦੁਨੀਆ ਦੀ ਕੋਈ ਨਹੀਂ ਹੈ ਬਸ ਇੱਕ ਦਾ ਜ਼ਖੀਰਾ ਜੇ ਆਇਆ ਛੋਟਾ ਜਿਹਾ ਬਸ ਕੈਮਰੇ ਦੀ ਅੱਖ ਇਦਾਂ ਦੀ ਆ ਸਹੀ ਦਿਖਾ ਨਹੀਂ ਸਕਦੀ ਅੱਲਾ ਪਾਕ ਦੀ ਨੇਮਤ ਸਾਡੀ ਅੱਖ ਤੇ ਸਾਨੂੰ ਦਿਖਾ ਰਹੀ ਸੀ ਐ ਦੇਖ ਲੋ ਜੀ ਨਿਜ਼ਾਮ ਐ ਸਾਰਾ ਅਸਮਾਨ ਦਾ ਸਾਰਾ ਸੀਨ ਤੁਹਾਡੇ ਸਾਹਮਣੇ ਆ ਮਾਸ਼ਾ ਅੱਲਾ ਕਿੰਨੇ ਖੂਬਸੂਰਤ ਨਜ਼ਾਰੇ ਆ ਵਾ ਮੇਰੇ ਅੱਲਾ ਦੀ ਸ਼ਾਨ ਕੈਸਾ ਇਨਸਾਨ ਨੂੰ ਤਖਲੀਕ ਕੀਤਾ ਕਿ ਜਹਾਜ਼ ਬਣਾ ਕੇ ਇਨਸਾਨੀ ਜ਼ਿਹਨ ਕੈਸੀ ਚੀਜ਼ ਆ ਕਿ ਹਵਾ ਚ ਉੱਡ ਰਹੇ ਹਾਂ ਅਸੀਂ ਸੁਭਾਨ ਅੱਲਾ ਤੇ ਵੀਰਾਂ ਨੇ ਵੀ ਚੈਨਲ ਨੂੰ ਕਰ ਦੇਣਾ ਲਾਈਕ ਨਾਲੇ ਕਰ ਦੇਣਾ ਸ਼ੇਅਰ ਤੇ ਨਾਲੇ ਕਰ ਦੇਣਾ ਸਬਸਕ੍ਰਾਈਬ ਐ ਲੰਗਰ ਭੰਡੂਰਾ ਆ ਗਿਆ ਬੜਾ ਪਰੇਸ਼ਾਨ ਸੀ ਮੈਂ ਮੈਂ ਕਿਹਾ ਦਸਾਂ ਭਰਾਵਾਂ ਨੂੰ ਆ ਇੱਕ ਨਾਲ ਜਨਾਬ ਟਿੱਕੀ ਹੈ ਦੇ ਨਾਲ ਚਾਵਲ ਆ ਫਿੱਕੇ ਇਹਦਾ ਭਰਾਵੋ ਖਾਣ ਖੋਣ ਦਾ ਮਜ਼ਾ ਮੂਜਾ ਕੋਈ ਨਹੀਂ ਹੁੰਦਾ ਉੱਤੇ ਤੁਹਾਨੂੰ ਪਤਾ ਹੀ ਆ ਆ ਉਹਨਾਂ ਨੇ ਪਾਣੀ ਦਿੱਤਾ ਵਾ ਠੀਕ ਆ ਐ ਅਸੀਂ ਅੰਦਰ ਆ ਗਏ ਆ ਉਹਨਾਂ ਨੇ ਤੁਹਾਨੂੰ ਦਿੱਤੇ ਆ ਵਰਕੇ ਉਹਨਾਂ ਨੇ ਕਿਹਾ ਜੀ ਇੱਥੇ ਲਿਖੋ ਤੁਸੀਂ ਆਪਣੇ ਬਾਰੇ ਦੇ ਵਿੱਚ ਜਹਾਜ਼ ਦਾ ਕੀ ਤੇ ਅਸੀਂ ਕਿਹਾ ਭਾਈ ਅਸੀਂ ਹੁੰਨੇ ਆ ਫੈਸਲਾਬਾਦੀ ਅਸੀਂ ਇਹਨਾਂ ਵਰਕਿਆਂ ਦੇ ਜਹਾਜ਼ ਦੇ ਵਿੱਚ ਜਹਾਜ਼ ਬਣਾ ਕੇ ਆਪਣੇ ਢਾ ਦੇਣੇ ਸਾਡੇ ਕੋਲ ਦੂਇ ਆਪਣਾ ਉਹ ਸਿਸਟਮ ਤਾਂ ਨਹੀਂ ਹੈ ਤੇ ਅਸੀਂ ਆਪਣੇ ਬਣਾ ਰਹੇ ਹਾਂ ਇਹ ਭਾਈ ਆ ਮੇਰੇ ਨਾਲ ਰਾਸ਼ਦ ਇਹ ਸਾਊਥ ਕੋਰੀਆ ਤੋਂ ਆਏ ਸੀ ਇਹਨਾਂ ਨੇ ਵੀ ਜੀ ਆਜਾਜ ਬਣਾ ਲਿਆ ਵਾ ਇਹ ਦੇਖਿਓ ਸਾਡਾ ਜਹਾਜ ਵੇਖਿਓ ਜਹਾਜ ਦੇ ਵਿੱਚ ਫਲਾਈ ਕਰਦਾ ਮੈਂ ਕਿਹਾ ਜ਼ਰਾ ਚਿੱਲ ਮਸਤੀ ਵੀ ਹੋਣੀ ਚਾਹੀਦੀ ਆ ਇਹ ਭਰਾ ਜਹਾਜ ਸਾਡਾ ਤਿਆਰ ਕਰ ਰਿਹਾ ਵਾ ਬੰਦਾ ਪਿਛਲਾ ਵੀ ਦੇਖ ਰਿਹਾ ਵੀ ਜਹਾਜ ਬਣਿਆ ਕਿ ਨਹੀਂ ਮੈਂ ਕਿਹਾ ਚੈੱਕ ਕਰਵਾ ਜ਼ਰਾ ਸਾਹਮਣੇ ਲਿਆ ਤੇ ਜੀ ਇਹ ਜਹਾਜ਼ ਗਿਆ ਪਣ ਤੇ ਦੇਖੋ ਹੁਣ ਕਿੱਧਰ ਨੂੰ ਜਾਂਦਾ ਦੇਖੀ ਸਾਡਾ ਜਹਾਜ਼ ਉਸਤਾਦ ਜੀ ਬਿਲਕੁਲ ਇਹ ਵੀ ਫਲਾਈ ਦੇ ਕਰੀਬ ਹੀ ਆਨ ਕਰੀਬ ਇਹਨੇ ਵੀ ਫਲਾਈ ਕਰ ਜਣਾ ਤੇ ਤੁਸੀਂ ਵੀ ਫਲਾਈ ਕਰ ਦਿਓ ਹਲਕਾ ਜਿਹਾ ਲਾਈਕ ਵਾਲੇ ਬਟਨ ਨੂੰ ਸ਼ੇਅਰ ਤੇ ਕਮੈਂਟ ਵਾਲੇ ਨੂੰ ਦੇਖਿਓ ਕਾ ਜ਼ਰਾ ਕੀ ਬਣਦਾ ਇਹ ਅੱਗੇ ਖਾਣੇ ਵਾਲੇ ਇਹਨਾਂ ਨੂੰ ਜਰਾ ਅਸੀਂ ਥੋੜਾ ਅੱਗੇ ਪਿੱਛੇ ਕੀਤਾ ਤੇ ਹੁਣ ਜਿਹੜਾ ਨਾ ਸਾਡਾ ਜਹਾਜ਼ ਤਿਆਰ ਆ ਜੀ ਫੁੱਲ ਤਿਆਰ ਹੈ ਇਸ ਟਾਈਮ ਜਹਾਜ਼ ਤੇ ਭਰਾਵੋ ਲੱਗਾ ਜੇ ਫਲਾਈ ਕਰਨ ਮੈਂ ਕਿਹਾ ਮिन्नੂ ਦੇ ਕਿਹਦਾ ਨਹੀਂ ਤੂੰ ਹੀ ਚੈੱਕ ਕਰ ਇਹ ਦੇਖਿਓ ਕਿੱਦਨ ਗਿਆ ਇਹ ਓਹ ਹੋ ਗਿਆ ਜੇ ਜਹਾਜ਼ ਉਸਤਾਦ ਜੀ ਸ਼ਹਿਜ਼ਾਦੇ ਫੈਸਲਾਬਾਦੀ ਜ਼ਿੰਦਾਬਾਦ ਐ ਜੀ ਰਾਤ ਦਾ ਥਿਊ ਹੈ ਸ਼ਾਮ ਦਾ ਤਕਰੀਬਨ ਵੱਜ ਗਿਆ ਕੁਛ 7:30 7:30 ਵਜੇ ਦਾ ਟਾਈਮ ਹੈ ਤੇ ਦੁਬਈ 에어ਪੋਰਟ ਦੇ ਆਲੇ-ਦੁਆਲੇ ਘੁੰਮਣ ਕਿਹੜੀਆਂ ਕੜੀਆਂ ਕੱਢਣ ਨੇ ਆ ਤੇ ਅਸੀਂ ਪਹੁੰਚ ਗਏ ਹਾਂ ਇਨਸ਼ਾਅੱਲਾ ਦੁਬਈ 에어ਪੋਰਟ ਤੇ ਤੇ ਮਿਲਦੇ ਹਾਂ ਭਰਾਵਾਂ ਨੂੰ ਨੈਕਸਟ ਵਲੌਗ 'ਚ ਤਦ ਤੱਕ ਲਈ ਯਾਦ ਰੱਖਿਓ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਐਂਡ ਸਬਸਕ੍ਰਾਈਬ ਕਰਿਓ ਐ ਜੀ ਦੁਬਈ 에어ਪੋਰਟ ਦੇ ਨਜ਼ਾਰੇ ਆ ਸੀਮ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਅੱਛੇ ਤਰ੍ਹਾਂ